ਤਰਨਤਾਰਨ ਮੈਡੀਕਲ ਸਟੋਰ ਮਾਲਕਾਂ ਦੇ ਵੱਲੋਂ ਅੱਜ ਤਰਨਤਾਰਨ ਤੋਂ ਵਿਧਾਇਕ ਡਾਕਟਰ ਧਰਮਵੀਰ ਅਗਨੀਹੋਤਰੀ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ, ਜਿਸ ਦੇ ਵਿੱਚ ਉਨ੍ਹਾਂ ਮੰਗ ਕੀਤੀ ਹੈ ਕਿ ਜੋ ਕੇਂਦਰ ਸਰਕਾਰ ਦੇ ਵੱਲੋਂ ਆਨਲਾਈਨ ਦਵਾਈਆਂ ਦੀ ਵਿਕਰੀ ਸ਼ੁਰੂ ਕੀਤੀ ਗਈ ਹੈ ਉਹ ਬਿਲਕੁਲ ਗਲਤ ਹੈ ਅਤੇ ਇਹ ਫੈਸਲੇ ਦੇ ਨਾਲ ਦਵਾਈ ਵਿਕਰੇਤਾ ਨੂੰ ਬਹੁਤ ਨੁਕਸਾਨ ਹੋਵੇਗਾ। ਉਨ੍ਹਾਂ ਇਸ ਫੈਸਲੇ ਦੇ ਉੱਪਰ ਧਿਆਨ ਦੇ ਕੇ ਇਸ ਨੂੰ ਵਾਪਿਸ ਲੈਣ ਦੀ ਮੰਗ ਕੀਤੀ ਹੈ। ਦੂਜੇ ਪਾਸੇ ਕੈਮਿਸਟ ਯੂਨੀਅਨ ਦੇ ਪ੍ਰਧਾਨ ਵਿਮਲ ਅਗਰਵਾਲ ਨੇ ਪੰਜਾਬ ਸਰਕਾਰ ਦੇ ਵੱਲੋਂ ਚਲਾਈ ਜਾ ਰਹੀ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਬਹੁਤ ਵਧੀਆ ਕਦਮ ਦੱਸਿਆ, ਪਰ ਪੰਜਾਬ ਪੁਲਿਸ ਦੇ ਵੱਲੋਂ ਕੈਮਿਸਟਾਂ ਨੂੰ ਫਾਲਤੂ ਤੰਗ ਕਰਨ ਦੇ ਉੱਪਰ ਵੀ ਸਵਾਲ ਖੜੇ ਕੀਤੇ ਨੇ। ਇਸ ਮੰਗ ਪੱਤਰ ਨੂੰ ਪ੍ਰਾਪਤ ਕਰਨ ਵੇਲੇ ਡਾਕਟਰ ਧਰਮਵੀਰ ਅਗਨੀਹੋਤਰੀ ਨੇ ਮੈਡੀਕਲ ਸਟੋਰਾਂ ਦੇ ਮਾਲਕਾਂ ਨੂੰ ਭਰੋਸਾ ਦਵਾਇਆ ਕਿ ਉਨ੍ਹਾਂ ਦੇ ਵੱਲੋਂ ਜਲਦ ਇਸ ਮੰਗ ਪੱਤਰ ਨੂੰ ਕੈਪਟਨ ਅਮਰਿੰਦਰ ਸਿੰਘ ਤੱਕ ਪਹੁੰਚਾਇਆ ਜਾਵੇਗਾ। ਜਿਹੜੀ ਅੱਜ ਦੀ ਹੜਤਾਲ ਹੈ, ਸਟ੍ਰਾਈਕ ਹੈ, ਸਾਡੀ ਦੇਸ਼ ਵਿਆਪੀ ਹੜਤਾਲ ਹੈ। ਆਲ ਇੰਡੀਆ ਆਰਗਨਾਈਜੇਸ਼ਨ ਆਫ ਕੈਮਿਸਟ ਐਂਡ ਡਰੱਗਿਸਟ, ਜਿਹੜੀ ਕਿ ਸਾਡੀ ਸੰਸਥਾ ਹੈ ਸਾਰੇ ਦੇਸ਼ ਭਰ ਦੀ, ਉਸ ਤੋਂ ਬਾਅਦ ਸਾਡੇ ਸੂਬੇ ਦੀ ਜਿਹੜੀ ਸੰਸਥਾ ਹੈ ਪੰਜਾਬ ਕੈਮਿਸਟ ਐਸੋਸੀਏਸ਼ਨ, ਉਹਨਾਂ ਦੇ ਨਾਲ ਅਸੀਂ ਐਫੀਲੀਏਟਿਡ ਹਾਂ, ਉਹਨਾਂ ਦੇ ਨਾਲ ਮਾਨਤਾ ਪ੍ਰਾਪਤ ਸਾਡੇ ਕੋਲ ਤਰਨ ਤਾਰਨ ਡਿਸਟ੍ਰਿਕਟ ਕੈਮਿਸਟ ਐਸੋਸੀਏਸ਼ਨ। ਅੱਜ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ, ਜੋ ਕਿ ਆਨਲਾਈਨ ਫਾਰਮੇਸੀ ਜਿਹੜੀ ਕਿ ਘਰ ਘਰ ਗਵਰਨਮੈਂਟ ਨੇ ਚਲਾਈ ਹੈ ਵੀ ਆਨਲਾਈਨ ਜਿਹੜੀਆਂ ਦਵਾਈਆਂ ਵੇਚੀਆਂ ਜਾਣਗੀਆਂ ਔਰ ਘਰ ਘਰ ਭੇਜੀਆਂ ਜਾਂਦੀਆਂ, ਅਸੀਂ ਉਹਦੇ ਅਗੇਂਸਟ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦੇ ਹਾਂ ਵੀ ਇਹ ਜਿਹੜੀ ਆਨਲਾਈਨ ਫਾਰਮੇਸੀ ਆ ਇਹ ਡਰੱਗ ਐਕਟ ਦੇ ਅਨੁਸਾਰ ਸਹੀ ਨਹੀਂ ਆ, ਕਿਉਂਕਿ ਡਰੱਗ ਐਕਟ ਇਹ ਕਹਿੰਦਾ ਵਾ ਇੱਕ ਪ੍ਰਾਈਮਸਿਸ ਹੁੰਦੀ ਹੈ, ਇੱਕ ਜਗ੍ਹਾ ਹੁੰਦੀ ਹੈ ਜਿੱਥੇ ਕਿ ਦਵਾਈਆਂ ਵੇਚਣ ਦਾ ਲਾਇਸੈਂਸ ਪ੍ਰਾਪਤ ਹੁੰਦਾ, ਉੱਥੇ ਇੱਕ ਫਾਰਮਾਸਿਸਟ ਹੁੰਦਾ, ਉੱਥੋਂ ਦਾ ਕੂਲਿੰਗ ਦਾ ਜਿਹੜਾ ਉੱਥੋਂ ਦਾ ਵਾਤਾਵਰਨ ਦਾ ਜਿਹੜਾ ਸਾਰਾ ਹਿਸਾਬ ਕਿਤਾਬ ਹੁੰਦਾ ਵਾ ਔਰ ਬਕਾਇਦਾ ਬਿਲਿੰਗ ਹੁੰਦੀ। ਆਨਲਾਈਨ ਫਾਰਮੇਸੀ ਜਿਹੜੀ ਹੈਗੀ ਆ ਇਹ ਸਾਨੂੰ ਮੰਨਣੀ ਹੈ ਨਹੀਂ, ਅਸੀਂ ਇਹਦੇ ਅਗੇਂਸਟ ਹਾਂ। ਉਸ ਤੋਂ ਬਾਅਦ ਸਾਡੇ ਪੰਜਾਬ ਦੇ ਵਿੱਚ ਜਦੋਂ ਦੀ ਸਾਡੀ ਸਰਕਾਰ ਆਈ ਹੈ, ਮਾਣਯੋਗ ਕੈਪਟਨ ਅਮਰਿੰਦਰ ਸਿੰਘ ਜੀ ਮੁੱਖ ਮੰਤਰੀ ਪੰਜਾਬ, ਉਹਨਾਂ ਨੇ ਕਿਹਾ ਸੀ 20 ਦਿਨਾਂ ਦੇ ਵਿੱਚ ਅਸੀਂ ਨਸ਼ਾ ਮੁਕਤ ਕਰ ਦਿਆਂਗੇ ਪੰਜਾਬ ਨੂੰ। ਉਹ ਬਹੁਤ ਵਧੀਆ ਗੱਲ ਹੈ, ਸਾਰਾ ਸਮਾਜ ਉਹਨਾਂ ਦੇ ਨਾਲ ਔਰ ਐਪਰੀਸ਼ੀਏਟ ਕਰਦੀ ਕੈਮਿਸਟ ਐਸੋਸੀਏਸ਼ਨ ਇਸ ਚੀਜ਼ ਨੂੰ ਵੀ ਨਸ਼ਾ ਮੁਕਤ ਹੋਣਾ ਚਾਹੀਦਾ ਪੰਜਾਬ ਦਾ, ਕਿਉਂਕਿ ਪੰਜਾਬ ਦੇ ਵਿੱਚ ਨੌਜਵਾਨੀ ਜਿਹੜੀ ਇਹ ਨੌਜਵਾਨਾਂ ਦੀ ਜ਼ਿੰਦਗੀ ਉਹ ਖਰਾਬ ਹੋ ਰਹੀ ਆ, ਅਸੀਂ ਉਹਨਾਂ ਦੇ ਨਾਲ ਹਾਂ। ਪਰ ਉਸਦਾ ਮੇਨਲੀ ਦਬਾਅ ਜਿਹੜਾ ਉਹ ਕੈਮਿਸਟਾਂ ਉੱਤੇ ਪੈ ਰਿਹਾ ਵਾ। ਪੁਲਿਸ ਪ੍ਰਸ਼ਾਸਨ ਨੂੰ ਇਸ ਚੀਜ਼ ਦਾ ਇੱਕ ਪੈਸੇ ਕਮਾਉਣ ਦਾ ਢੰਗ ਮਿਲ ਗਿਆ, ਇੱਕ ਉਹਨਾਂ ਨੂੰ ਜ਼ਰੀਆ ਮਿਲ ਗਿਆ ਵਾ ਵੀ ਹੋਰ ਕੁਛ ਨਹੀਂ ਅਤੇ ਕੈਮਿਸਟ ਨੂੰ ਤੰਗ ਕੀਤਾ ਜਾਵੇ, ਨਜਾਇਜ਼ ਕੀਤਾ ਜਾਵੇ ਉਹਦੇ ਨਾਲ। ਅਸੀਂ ਇਹਦੇ ਖਿਲਾਫ ਆਪਣੀ ਸਰਕਾਰ ਦੇ ਕੋਲ ਆਪਣੀਆਂ ਮੰਗਾਂ ਲੈ ਕੇ ਅੱਜ ਸਾਡੇ ਤਰਨ ਤਾਰਨ ਦੇ ਮਾਨਣੀਏ ਡਾਕਟਰ ਧਰਮਵੀਰ ਜੀ ਅਗਨੀਹੋਤਰੀ MLA ਸਾਹਿਬ, ਉਹਨਾਂ ਕੋਲ ਆਪਣਾ ਮੈਮੋਰੈਂਡਮ ਦੇਣ ਆਏ ਹਾਂ। ਇਸ ਤੋਂ ਬਾਅਦ ਅਸੀਂ DC ਸਾਹਿਬ ਕੋਲ, ਸਿਵਲ ਸਰਜਨ ਸਾਹਿਬ ਕੋਲ ਆਪਣੀਆਂ ਮੰਗਾਂ ਦਾ ਮੈਮੋਰੈਂਡਮ ਦੇਣ ਜਾਵਾਂਗੇ। ਔਰ ਦੇਸ਼ ਦਾ ਸਾਰੇ ਦੇਸ਼ ਦੇ ਤਕਰੀਬਨ 8.5 ਲੱਖ ਤੋਂ ਵੱਧ ਜਿਹੜੇ ਕੈਮਿਸਟ ਉਹ ਬੰਦ ਨੇ ਔਰ ਸਾਡਾ ਪੰਜਾਬ ਭਰ ਦੇ ਜਿਹੜੇ ਤਕਰੀਬਨ 22,000 ਤੋਂ 23,000 ਜਿਹੜੇ ਕੈਮਿਸਟ ਨੇ ਉਹ ਸਟ੍ਰਾਈਕ 'ਤੇ ਨੇ ਔਰ ਅਸੀਂ ਇਸ ਸਟ੍ਰਾਈਕ ਦਾ ਪੂਰਨ ਸਹਿਯੋਗ ਕਰਦੇ ਹੋਏ ਹਾਂ, ਅੱਜ ਇਸ ਸਟ੍ਰਾਈਕ ਨੂੰ ਮੁਕੰਮਲ ਤਰੀਕੇ ਦੇ ਨਾਲ ਕੰਪਲੀਟ ਕਰਾਂ। ਸਰ ਦੇਖੋ, ਅੱਜ ਤਰਨਤਾਰਨ ਡਿਸਟ੍ਰਿਕਟ ਦੀ ਜਿਹੜੀ ਕੈਮਿਸਟ ਐਸੋਸੀਏਸ਼ਨ ਆ, ਉਹਦੇ ਪ੍ਰਧਾਨ ਵਿਮਲ ਅਗਰਵਾਲ ਜੀ, ਉਹਦੇ ਨਾਲ ਮੁਕੇਸ਼ ਗੁਪਤਾ ਜੀ, ਗਗਨਦੀਪ ਜੀ ਚਾਵਲਾ, ਨਿੰਦਰਪੁਰੀ ਜੀ ਅਤੇ ਬਾਕੀ ਸਾਰੇ ਤਕਰੀਬਨ ਤਰਨਤਾਰਨ ਦੇ ਜਿਹੜੇ ਅਹਿਮ ਜਿਹੜੇ ਕੈਮਿਸਟ ਡਰੱਗਿਸਟ ਹੈਗੇ ਇੱਥੇ ਪਹੁੰਚੇ ਨੇ। ਅੱਜ ਤੋਂ ਥੋੜ੍ਹੇ ਦਿਨ ਪਹਿਲਾਂ ਵੀ ਇਹਨਾਂ ਨੇ ਇੱਕ ਆਪਣੀ ਮੀਟਿੰਗ ਕੀਤੀ ਸੀ ਤਰਨ ਤਾਰਨ ਸ਼ਹਿਰ ਦੇ ਵਿੱਚ ਔਰ ਆਪਣੀਆਂ ਜਿਹੜੀਆਂ ਮੁਸ਼ਕਲਾਂ ਬਾਰੇ ਦੱਸਿਆ ਸੀ। ਅੱਜ ਇਹ ਮੈਂਬਰਾਂ ਨੂੰ ਦਿੱਤਾ, ਮੈਂ ਅੱਜ ਹੀ ਚੰਡੀਗੜ੍ਹ ਜਾ ਰਿਹਾ, ਸਾਡੀ ਇੱਕ ਮੀਟਿੰਗ ਹੈਗੀ ਆ ਔਰ ਮੈਂ ਮੈਂਬਰਾਂ ਜਿਹੜਾ ਵਾ ਹੈਲਥ ਮਿਨਿਸਟਰ ਨੂੰ ਵੀ ਲੈ ਕੇ ਆਪਣਾ ਕੁਝ ਜਿਹੜੀਆਂ ਪ੍ਰੋਬਲਮ ਹੈਗੀਆਂ ਇਹਨਾਂ ਦੀਆਂ ਸਟੇਟ ਲੈਵਲ ਦੀਆਂ ਹੈਗੀਆਂ ਨੇ, ਉਹ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਹੈਲਥ ਲੈਵਲ ਦੀਆਂ ਸਟੇਟ ਲੈਵਲ ਦੀਆਂ ਨੇ ਉਹ ਜਿਹੜੀਆਂ ਤੁਹਾਡੀਆਂ ਮੁਸ਼ਕਲਾਂ ਨੇ ਦੂਰ ਕੀਤੀਆਂ ਜਾਣਗੀਆਂ ਕੈਪਟਨ ਸਾਹਿਬ ਨੂੰ ਮਿਲ ਕੇ। ਔਰ ਜਿਹੜੀਆਂ ਆਨਲਾਈਨ ਮੈਡੀਸਨ ਆ, ਇਹ ਸੈਂਟਰਲ ਗੌਰਮੈਂਟ ਦੀ ਪੋਲਿਸੀ ਹੈਗੀ, ਇਹਦੇ ਬਾਰੇ ਵੀ ਮੁੱਖ ਮੰਤਰੀ ਸਾਹਿਬ ਨੂੰ ਕਹਾਂਗਾ ਕਿ ਉਹਨਾਂ ਦੇ ਨਾਲ ਸੰਪਰਕ ਕਰਕੇ, ਲੋਕਾਂ ਨੂੰ ਮੁਸ਼ਕਲ ਵੀ ਆ ਔਰ ਕੈਮਿਸਟ ਨੂੰ ਜ਼ਿਆਦਾ ਮੁਸ਼ਕਲ ਹੈਗੀ ਆਨਲਾਈਨ ਮੈਡੀਸਨ ਦੀ, ਇਹਦਾ ਕੋਈ ਹੱਲ ਹੈ।
ਸਰ ਇੱਕ ਪੁਲਿਸ ਜੋ ਅਟੈਕ ਕਰ ਰਹੀ ਹੈ ਸਿੱਧੇ ਅੰਗ ਜੈਕਿੰਗ ਕਰ ਲੈ ਪੈਂਦੀ ਹੈ ਕਈ ਦੇਖੋ ਪੁਲਿਸ ਦਾ ਜਿਹੜਾ ਹੈਗਾ ਇਸ ਮਾਮਲੇ ਵਿੱਚ ਕੈਮਰਸ ਨੂੰ ਤੰਗ ਕਰਨਾ ਗਲਤ ਹੈ ਔਰ ਕਿਸੇ ਵੀ ਪੁਲਿਸ ਅਧਿਕਾਰੀ ਨੂੰ ਬਿਨਾਂ ਕਿਸੇ ਡਰੱਗ ਇੰਸਪੈਕਟਰ ਨੂੰ ਨਾਲ ਲੈ ਕੇ ਕਿਸੇ ਦੀ ਚੈਕਿੰਗ ਨਹੀਂ ਕਰਨੀ ਚਾਹੀਦੀ ਅਤੇ ਮੈਂ ਉਸ ਦਿਨ ਵੀ ਕਿਹਾ ਸੀ ਮਾਨਯੋਗ ਜੀ ਸਾਹਿਬ ਨੂੰ ਮਿਲ ਕੇ ਇਹਨਾਂ ਨੂੰ ਕਹਾਂਗੇ ਕਿ ਤੁਸੀਂ ਤਰਨ ਤਾਰਨ ਤੋਂ ਵਿਜੇ ਅਰੋੜਾ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ।